ਰਹੀਮ ਅਸਲਾਮ ਵਾਲੇਕਮ, ਮੈਂ ਆਪਕਾ ਵੀਰ ਦੋਸਤ ਗੁਲਾਮ ਮੁਰਤਜ਼ਾ। ਤੁਸੀਂ ਵੇਖ ਰਹੇ ਮੁਰਤਜ਼ਾ ਟੀਵੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਇੱਕ ਬੈਲ ਦਾ ਬਟਨ ਉਹ ਵੀ ਓਕੇ ਕਰੋ, ਕਿਉਂਕਿ ਹਰ ਵੀਡੀਓ ਮੇਰੇ ਵੀਰਾਂ ਦੋਸਤਾਂ ਲਈ ਜਲਦੀ ਜਲਦੀ ਪਹੁੰਚ ਸਕੇ। ਦੋਸਤੋ, ਕੋਸ਼ਿਸ਼ ਹੁੰਦੀ ਹੈ ਕਿੰਨਾ ਵੀ ਸਫ਼ਰ ਕਰਨਾ ਪਵੇ ਦੋਸਤਾਂ ਲਈ ਅੱਛੇ ਜਾਨਵਰ ਲੈ ਕੇ ਆਈਏ, ਖੂਬਸੂਰਤ ਲੈ ਕੇ ਆਈਏ। ਮਾਸ਼ਾਅੱਲਾ ਇੱਕ ਨੀਲੀ ਦਾ ਬ੍ਰਾਂਡ ਲੈ ਕੇ ਆਏ ਦੋਸਤੋ। ਅਜੇ ਮੱਝ ਦੀ ਤਰੀਕ 'ਚੋਂ ਮਾਲਕ ਦਾ ਕਹਿਣਾ 15 ਦਿਨ ਪਏ ਨੇ। ਮਾਸ਼ਾਅੱਲਾ ਹੁਣੇ ਫੁੱਟ ਚੱਡਾ ਬਾਹਰ ਕੱਢੀ ਖਲੀਏ। ਔਰ ਇਹੋ ਜਿਹੀ ਮੈਂ ਨੂੰ ਥਾਨ ਹਜ਼ਾਰਾਂ 'ਚੋਂ ਇੱਕ ਮੈਂ ਨੂੰ ਲੱਗਦਾ ਕਿ ਜਿਹਾ ਥਾਨ ਇਹਨੂੰ ਮੋਟਾ ਲੱਗਿਆ ਆ। ਮਾਸ਼ਾਅੱਲਾ ਦੇਖੋ ਕਮਾਲ ਦਾ ਥਾਨ ਲੱਗਿਆ ਆ। ਮਾਸ਼ਾਅੱਲਾ ਚੰਗਾ ਮੋਟਾ ਥਾਨ ਲੱਗਿਆ ਦੋਸਤੋ। ਸੂਹ ਤੋਂ ਲੱਗਦੇ ਧੁੰਨੀ ਤੇ ਕਰਵਾਉਣਾ ਮਾਸ਼ਾਅੱਲਾ। ਔਰ ਵੰਡਾਂ ਵੇਖ ਲਓ ਦੋਸਤੋ, ਧੁੰਨੀ ਕੌਲੀ ਬਿਲਕੁਲ ਨਹੀਂ ਹੈਗੀ। ਮਾਸ਼ਾਅੱਲਾ ਇੱਕ ਬ੍ਰਾਂਡ ਹੈ। ਔਰ ਕੱਦ ਮਾਸ਼ਾਅੱਲਾ ਚੰਗਾ ਕੱਦ ਹੈ, ਕੁੰਡਾ ਸਿੰਘ ਧੌਣ ਲੰਮੀ ਮਾਸ਼ਾਅੱਲਾ ਖੂਬਸੂਰਤ। ਹਰ ਪਾਸੋਂ ਪਸ਼ਮ ਵੇਖ ਲਓ ਦੋਸਤੋ ਉੱਤੇ ਕਿੰਨੀ ਕਿੰਨੀ। ਇਹਦੇ ਵਿੱਚ ਦੋਸਤੋ ਮਾਲਕ ਦਾ ਲੰਬਰ ਮੌਜੂਦ ਹੋਏਗਾ। ਪੈਰ ਵੇਖ ਲਓ ਘੋੜਿਆਂ ਰੰਗੇ ਸਿੰਬ ਸੁੰਬ ਪੂਛ ਬਰੀਕ ਦੋਸਤੋ, ਕਾਲੀ ਸ਼ਾਹ ਛੋਟੀ ਹੈ। ਪਿੱਛੋਂ ਮਾਸ਼ਾਅੱਲਾ ਵੇਖ ਲਓ ਕਿੱਡੀ ਚੌੜੀ ਮੱਝ, ਕਮਾਲ ਦੀ ਮੱਝ। ਔਰ ਇਹ ਮੱਝ ਦਾ ਰਿਕਾਰਡ ਬੜਾ, ਕੋਈ ਦੋਸਤ ਬਿਆਨਾ ਕਰਾ ਲਵੇ ਦੋਸਤਾਂ ਦੇ ਨੇ, ਅਸੀਂ ਇਨਸ਼ਾਅੱਲਾ ਤਾਲਾ ਦੁੱਧ ਚਵਾ ਕੇ ਦਿਆਂਗੇ। ਦੇਖੋ ਪਿੱਛੋਂ ਉੱਚੀ ਅੱਗੋਂ ਨੀਵੀਂ ਮੱਝ, ਮਾਸ਼ਾਅੱਲਾ ਤੁੰਨੀ। ਦੂਸਰਾ ਵੱਖੀ ਬਿਲਕੁਲ ਦੇਖ ਲਓ ਦੋਸਤੋ, ਵੱਖੀ ਨਹੀਂ ਹੈਗੀ, ਕੁੰਡਾ ਸਿੰਘ। ਔਰ ਪੁਰਾਣੀ ਨਸਲ ਵਾਲੀ ਮੱਝ, ਪੁਰਾਣੀ ਨਸਲ ਦੀ ਕੁੰਡਾ ਸਿੰਘ ਹੁੰਦਾ, ਜੈਨੂਇਨ ਕੁੰਡਾ ਸਿੰਘ ਹੁੰਦਾ। ਪੁਰਾਣੀ ਨਸਲ ਅੱਜ ਕੱਲ੍ਹ ਲੱਭਦੀ ਬਹੁਤ ਘੱਟ ਹੈ। ਔਰ ਟੋਰ 'ਤੇ ਵਿਖਾ ਦੋਸਤ, ਮਾਸ਼ਾਅੱਲਾ ਟੋਰ ਦੇਖਣੀ ਦੋਸਤੋ, ਵਾਕਿਆ ਕਮਾਲ ਦੀ ਟੋਰ ਹੈ, ਟੁਰਦੀ ਮੱਝ ਕਿ ਨਹੀਂ ਮਾਸ਼ਾਅੱਲਾ ਦੇਖਣਾ ਦੋਸਤੋ। ਜੈਨੂਇਨ ਦੂਸਰਾ ਸੂਆ ਔਰ ਫੁੱਟ ਚੱਡਾ ਮਾਸ਼ਾਅੱਲਾ ਬਾਹਰ ਕੱਢੀ ਆਉਂਦੀ ਹੈ। ਅਜਿਹਾ ਵੱਟ ਵੁੱਟ ਦੋਸਤੋ ਆ ਸਾਰੇ ਕੱਢ ਜਾਣੇ ਨੇ। ਮਾਸ਼ਾਅੱਲਾ ਕਮਾਲ ਦਾ ਹੀਰਾ ਦੋਸਤ ਲੈ ਕੇ ਆਏ ਹਾਂ। ਟੋਰ ਅਸੀਂ ਖੁੱਲ੍ਹੀ ਕਰਦੇ। ਔਰ ਮਾਸ਼ਾਅੱਲਾ ਕੱਦ ਵੇਖ ਲਓ ਮੱਝ ਦਾ ਦੋਸਤੋ, ਕਿੱਡਾ ਹੈਗਾ ਮਾਸ਼ਾਅੱਲਾ। ਮਾਸ਼ਾਅੱਲਾ ਵਾਨਾ ਦੋਸਤੋ, ਹੁਣੇ ਮਾਸ਼ਾਅੱਲਾ ਫੁੱਟ ਵਾਨਾ ਬਾਹਰ ਕੱਢੀ ਖਲੀ ਦੋਸਤੋ। ਅਜੇ ਝੋਟੀ ਨੇ 15 ਦਿਨ ਤਰੀਕ 'ਚੋਂ ਪਏ ਨੇ ਦੋਸਤੋ। ਮਾਸ਼ਾਅੱਲਾ ਕਮਾਲ ਦਾ ਹੀਰਾ ਉੱਚਾ, ਮੈਂ ਉਹਦਾ ਫੁੱਲ ਮੈਡੀਆਂ ਚੱਕੀ ਖਲਾਂ ਮੱਝ ਦੀ ਕੰਡ, ਫਿਰ ਦੋਸਤਾਂ ਨੂੰ ਦਿਖਾ ਰਿਹਾ। ਮਾਸ਼ਾਅੱਲਾ ਬੰਦਾ ਨਜ਼ਰ ਨਹੀਂ ਆ ਰਿਹਾ, ਅੱਗੇ ਦੇਖ ਲਓ ਖੜੀ ਮੱਝ। ਚੱਲ ਇੱਕ ਵਾਰੀ ਅਸੀਂ ਟੋਰ 'ਤੇ ਬੰਨ ਦੇ ਮੱਝ, ਪਰਨ ਟੋਰ ਪਰਨ ਪਰਨ ਕੇ ਲੱਗ ਰਿਹਾ। ਮੁੱਲ ਮਾਲਕ ਦੀ ਮਰਜ਼ੀ ਦਾ ਹੁੰਦਾ ਦੋਸਤੋ, ਮਾਲ ਚੰਗਾ ਹੋਵੇ ਤੁਹਾਨੂੰ ਪਤਾ ਦੋਸਤੋ, ਡਿਮਾਂਡ ਵੀ ਦੋਸਤ ਜ਼ਿਆਦਾ ਕਰਦੇ ਨੇ। ਔਰ ਮਾਲ ਮੱਠਾ ਹੋਵੇ ਤਾਂ ਡਿਮਾਂਡ ਵੀ ਉਸ ਹਿਸਾਬ ਦੀ ਹੁੰਦੀ ਹੈ। ਮਾਸ਼ਾਅੱਲਾ ਕਮਾਲ ਦੀ ਟੋਰ ਦੋਸਤੋ, ਮਾਸ਼ਾਅੱਲਾ ਆਹ ਵੱਟ ਵੁਟਾ ਵੇਖ ਲਓ ਦੋਸਤੋ, ਸਾਰੇ ਕੱਢ ਜਾਣੇ ਨੇ। ਚਲੋ
ਦੂਸਰੀਆਂ ਦੋਸਤੋ ਮਾਲਕ ਨਾਲ ਗੱਲਾਂ ਹੁੰਦੀਆਂ ਸਾਂਝੀਆਂ, ਮਾਲਕ ਇਹਦਾ ਕੀ ਹਿਸਾਬ ਕਿਤਾਬ ਕਰਦਾ, ਕੀ ਮੁੱਲ ਪਾਉਂਦਾ, ਮਾਲਕ ਨੂੰ ਅਰਜ਼ ਹੈ ਵੀ ਮੁੱਲ ਜਾਇਜ਼ ਹੀ ਕਰੇ, ਅਗਰ ਮਾਲਕ ਦੀ ਮਰਜ਼ੀ ਅਸੀਂ ਤਾਂ ਵੀਡੀਓ ਬਣਾ ਕੇ ਦੋਸਤੋ ਚਲਾ ਜਾਣਾ ਹੁੰਦਾ। ਇੱਧਰ ਆਓ ਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ? ਠੀਕ ਠਾਕ ਜੀ, ਸ਼ੁਕਰ। ਉਹ ਸਭ ਖੈਰੀਅਤ ਹੈ? ਬਿਲਕੁਲ ਫਿੱਟ ਫਾਟ। ਅੱਛਾ ਭਾਈਆਂ ਨੇ ਮੱਝ ਜਨਮਨ ਕਿੰਨੇ ਸੂਏ? ਜਨਮਨ ਦੂਸਰੇ ਸੂਏ। ਇਹ ਕਿਹੜੀ ਨਸਲ ਕਿਹੜੀ? ਪਿਓਰ ਨੀਲੀ ਦੀ ਮੈਂ। ਕੀ ਨੀਲੀ ਦੀਆਂ ਨਿਸ਼ਾਨੀਆਂ ਨੇ? ਮੈਂ ਉਹਨੂੰ ਥਣ ਲੱਟੂ ਵਾਲਾ ਲੱਗਾ, ਮੋਟਾ ਥਣ ਲੱਗਾ। ਅੱਛਾ। ਗਿੱਠ ਗਿੱਠ ਦੀਆਂ ਵੰਡਾਂ ਲਈ ਫਿਰਦੀ ਮੈਂ। ਅੱਛਾ। ਧੁੰਨੀ ਗੋਲੀ ਮੱਝ ਦੀ ਕੋਈ ਨਹੀਂ। ਅੱਛਾ। ਨਿੱਕਾ ਨਿੱਕਾ ਸਿੰਘ ਮੈਂ ਉਹਨੂੰ, ਪਿੱਛੋਂ ਮੱਝ ਅੱਗੋਂ ਕੱਟੀ। ਅੱਛਾ। ਪੁੱਠੇ ਤੇ ਮੈਂ ਵੇਖੋ ਮੈਂ ਤਾਂ ਕਿੰਨਾ ਪੁੱਠਾ ਚਾੜਾ ਜੀ। ਬਿਲਕੁਲ। ਹਾਂਜੀ, ਤੇ ਅਜੇ 15 ਦਿਨ ਮੈਂ ਸੁਣ ਲੈਂਦੀ ਹੈ। ਅਜੇ 15 ਦਿਨ ਪਏ ਨੇ ਤਰੀਕ ਚ? ਹਾਂਜੀ, 15 ਦਿਨ ਅਜੇ ਤਰੀਕ ਚ ਪਏ ਨੇ, ਤੇ ਜਿੰਨਾ ਕੁ ਮੈਂ ਪੁੱਠਾ ਚੜਾ ਨਾ ਇੰਨਾ ਕੁ ਚੜਾ ਲਬਾਸ ਕਰ ਛੱਡਦੀ ਥੱਲੇ। ਅੱਛਾ, ਇੰਨਾ ਕਰ ਸਕ। ਇਹ ਘਰ ਦੀ ਵਪਾਰ ਦੀ? ਇਹ ਘਰ ਦੀ ਮੱਝ, ਕਿਉਂਕਿ ਤੁਸੀਂ ਵਪਾਰ ਕਰਦੇ। ਬਿਲਕੁਲ, ਇਹ ਘਰ ਦੀ ਮੱਝ। ਇਹ ਘਰ ਦੀ ਮੱਝ? ਹਾਂਜੀ, ਜੈਨਮਨ ਘਰ ਦੀ। ਜੈਨਮਨ ਘਰ ਦੀ। ਕੀ ਇਹਦਾ ਰਿਕਾਰਡ ਹੈ ਦੁੱਧ ਦਾ? ਇਹਦਾ 18 ਲੀਟਰ ਦੁੱਧ ਦਾ ਰਿਕਾਰਡ ਹੈ ਜੀ, ਪਹਿਲੇ ਸੂਏ 18 ਲੀਟਰ ਦੁੱਧ ਕਰਦੀ ਰਹੀ ਪਹਿਲੇ ਸੂਏ। ਹਾਂਜੀ, ਅਗਰ ਕੋਈ ਦੋਸਤ ਬਿਆਨਾ ਕਰਾਉਂਦਾ 18 ਲੀਟਰ ਚਵਾ ਕੇ ਦੇਵਾਂਗੇ। ਤੇ ਕਿੰਨੇ ਦਿਨਾਂ ਬਾਅਦ ਸੂਈ ਤੂੰ? ਤਕਰੀਬਨ 8-7 ਦਿਨਾਂ ਬਾਅਦ। 8-7 ਦਿਨਾਂ ਬਾਅਦ 18 ਲੀਟਰ ਦੁੱਧ ਚਵਾ ਦੇ। ਬਿਲਕੁਲ। ਇਹਨੇ ਥਣਾਂ ਦੀ ਗਰੰਟੀ? ਥਣਾਂ ਦੀ ਬਿਲਕੁਲ ਗਰੰਟੀ, ਜਿੱਡਾ ਜਿੱਡਾ ਮੋਟਾ ਥਣ, ਏਡਾ ਏਡਾ ਮੋਟਾ ਮੈਂ ਉਹਨੂੰ ਚੋਣ ਚੋਣ। ਅੱਛਾ, ਗਾੜੀ ਪਿਛਾੜੀ ਮੈਂ ਦੀ ਬਰਾਬਰ ਪਿਓਰ ਮੱਝ, ਪੁਰਾਣੀ ਨਸਲ ਚ ਮੈਂ, ਪੁਰਾਣੀਆਂ ਮੱਝਾਂ ਚ। ਬਿਲਕੁਲ, ਪੁਰਾਣਾ ਸਿੰਘ ਵੇਖ ਕਿੱਥੇ ਮੁੜਿਆ ਆਇਆ ਮੱਝ ਨਜ਼ਾਰਾ। ਇਹ ਮੱਝ ਸਾਡੇ ਘਰ ਦੀ ਲੈ ਕੇ ਅਸੀਂ ਆਪਣੇ ਮਸੇਰਾਂ ਕੋਲੋਂ ਆਏ ਆ, ਪੁਰਾਣੇ ਥਾਣਿਓਂ। ਅੱਛਾ, ਪੁਰਾਣੇ ਥਾਣੇ ਆਪਣੇ ਮਸੇਰਾਂ ਕੋਲੋਂ ਲੈ? ਹਾਂਜੀ, ਸਾਡੇ ਘਰ ਦੀ, ਮਤਲਬ ਮੈਂ ਆਪਣੇ ਮਸੇਰਾਂ ਕੋਲੋਂ ਮੈਂ ਲੈ ਕੇ। ਠੀਕ ਹੈ। ਅੱਛਾ ਭਾਈ ਜਾਨ, ਇਹਦੇ ਗੱਲ ਕਿ ਆਪਣਾ ਨੰਬਰ ਵਿੱਚ ਬੋਲੇ ਨਾ ਜਰਾ ਕੁ। ਮੇਰਾ ਨੰਬਰ 0308-6462-65। ਅੱਛਾ ਪੱਠੀ ਸਾਹਿਬ, ਗੱਲ ਹੈ ਕਿ ਵੀਡੀਓ ਬੜੀਆਂ ਬਣਾਉਣੇ ਅਸੀਂ, ਲੇਕਿਨ ਅਸੀਂ ਤਾਂ ਅਰਜ਼ ਕਰਨੀ ਮੁੱਲ ਜਾਇਜ਼ ਕਰੀ, ਕਿੰਨੇ ਦੀ ਤੇਰੀ ਚੀਜ਼ ਮੁੱਲ ਉਹ ਨਾ ਕਰਨੇ? ਮੁੱਲ ਕਰਾਂਗੇ, ਵੇਚਣ ਵਾਲੀ ਗੱਲ ਕਰ, ਵੇਚਣ ਵਾਲੀ ਕਰਦੇ ਮੁੱਲ ਤੇ ਨਾ ਕਰਨ ਨੂੰ 6-7 ਲੱਖ ਵੀ ਕਰ ਸਕਨੇ। ਹਾਂ, ਤੂੰ ਭਰਾ ਬੰਦਾ, ਤੇਰੇ ਵਾਸਤੇ ਮੈਂ 4.5-4 ਲੱਖ। 4.5-4 ਚੋ ਕੋਈ ਭਰਾ ਇੱਥੇ ਆਂਦਾ ਉਹਦੀ ਪਿਆਰ ਮੁਹੱਬਤ ਦੀਦ ਹੋਏਗੀ? ਹਾਂਜੀ, ਦੀਦ ਕਰਾਂਗੇ ਭਰਾ। ਕਿਰਾਇਆ ਭਾੜਾ ਛੱਡੋਗੇ? ਛੱਡਾਂਗੇ 4, ਤੂੰ 4.5-4 ਚ ਕਿਰਾਇਆ ਪਾ। ਮਾਸ਼ਾਅੱਲਾ, ਤੇਰੀ ਮੱਝ ਸੋਹਣੀ ਹੈ, ਹਰ ਪਾਸੋਂ ਸੋਹਣੀ, ਖੂਬਸੂਰਤ ਹੈ, ਥਣ ਬੜਾ ਕਮਾਲ ਦਾ ਤੇਰੀ, ਮੈਨੂੰ ਲੱਗਿਆ ਹਰ ਸ਼ਾਇ ਕਮਾਲ ਦੀ ਲੱਗੀ, ਕਿਸੇ ਪਾਸੇ ਮੱਝ ਉਂਗਲ ਨਹੀਂ ਰੱਖਣੀ। ਨਹੀਂ ਵਾਕਈ ਨੂੰ ਕਿਸੇ ਪਾਸੇ ਨੁਕਸ ਹੈ ਤੇ ਤੂੰ ਆਪ ਦੱਸ। ਨਹੀਂ ਹੈ, ਮੈਂ ਇਸ ਪਾਸੇ ਮਾਰ। ਬਿਲਕੁਲ ਨਹੀਂ ਹੈਗਾ। ਪਿੱਛੋਂ ਮੱਝ ਚੌੜੀ, ਜੀ ਜੀ, ਅੱਗੋਂ ਮੱਝ ਬਰੀਕ, ਪਿੱਛੋਂ ਮੱਝ ਥੋੜੀ ਜਿਹੀ ਉੱਚੀ, ਅੱਗੋਂ ਮੈਂ ਨੀਵੀਂ। ਚੰਗੀਆਂ ਮੱਝਾਂ ਦੀਆਂ ਸਾਰੀਆਂ ਕੈਟਾਗਰੀਆਂ ਮੈਂ ਚੈਨ। ਬਿਲਕੁਲ, ਮੁੱਲ ਭਰਾ ਨੂੰ ਲੈ ਤਾ ਜਾਇਜ਼, ਬਿਲਕੁਲ ਜਾਇਜ਼। ਠੀਕ, ਕੋਈ 10-12-50-60 ਹਜ਼ਾਰ ਦਾ ਵਾਲ ਨਹੀਂ ਰੱਖਿਆ ਤੇਰੇ ਅੱਗੇ। ਠੀਕ ਹੈ। ਅੱਛਾ, ਇਹਦੇ ਪਿਆਰ ਮੁਹੱਬਤ ਸ਼ਾਮਿਲ ਆ? ਹਾਂਜੀ, ਪਿਆਰ ਮੁਹੱਬਤ। ਇੱਕ ਵਾਰ ਮਾਈ ਨੂੰ ਇਹਨੂੰ ਕਰੇ ਨਾ, ਮਾਈ ਤੇਰੀ ਨੂੰ ਮਾਸ਼ਾਅੱਲਾ ਅੱਲਾ ਬੁਰੀ ਨਜ਼ਰ ਤੋਂ ਬਚਾਏ। ਹਾਂਜੀ, ਦੁਆ ਕਰਾਂ। ਬੜਾ ਕਮਾਲ ਦਾ ਲੱਗਿਆ, ਔਰ ਮੱਝ ਵੀ ਚੰਗੀ, ਮਾਝਾ ਵੱਟ ਵੁੱਟ ਨਿਕਲੇ ਸਾਰੇ ਕੱਢੇਗੀ। ਹੈਂ, ਬੜਾ ਚੈਣਾ ਲਬਾਸ ਕਰ ਛੱਡਦੀ ਮਾਈ ਤੇ। ਅੱਛਾ, ਠੀਕ ਹੈ, ਜਲਦੋ ਮਿਲਨੇ ਅੱਛੀ ਵੀਡੀਓ ਨਾਲ। ਪਾਕਿਸਤਾਨ ਜ਼ਿੰਦਾਬਾਦ। ਅੱਲਾ ਹਾਫਿਜ਼।